ਜ਼ਿਲ੍ਹਾ ਬਰਨਾਲਾ ਦੇ ਪਿੰਡ ਬੇਲਾ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦ ਇੱਕ 25 ਸਾਲ ਦਾ ਨੌਜਵਾਨ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀ ਰਾਤ ਪਿੰਡ ਬੇਲਾ ਦਾ 25 ਸਾਲਾ ਨੌਜਵਾਨ ਸ਼ਮਸ਼ਾਦ ਮੁਹੰਮਦ ਆਪਣੇ ਘਰ ਵਿੱਚ ਸੀ ਕਿ ਪਿੰਡ ਦੇ ਹੀ ਨੌਜਵਾਨ ਸ਼ਮਸ਼ਾਦ ਮੁਹੰਮਦ ਦੇ ਦੋਸਤ ਉਸ ਨੂੰ ਰਾਤ ਕਰੀਬ 8 ਵਜੇ ਮੋਟਰਸਾਈਕਲ ਸਮੇਤ ਘਰੋਂ ਲੈ ਗਏ, ਪਰ ਦੇਰ ਰਾਤ ਤੱਕ ਜਦ ਨੌਜਵਾਨ ਸ਼ਮਸ਼ਾਦ ਮੁਹੰਮਦ ਆਪਣੇ ਘਰ ਨਹੀਂ ਪਰਤਿਆ, ਪਰਿਵਾਰਿਕ ਮੈਂਬਰਾਂ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਘਰੋਂ ਲੈ ਕੇ ਜਾਣ ਵਾਲੇ ਦੋਸਤਾਂ ਨੂੰ ਜਦ ਪਰਿਵਾਰਿਕ ਮੈਂਬਰਾਂ ਨੇ ਫੋਨ ਕੀਤਾ ਤਾਂ ਦੋਸਤਾਂ ਦਾ ਮੋਬਾਈਲ ਬੰਦ ਆ ਰਿਹਾ ਸੀ। ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਜਾਣ ਵਾਲੇ ਦੋਸਤਾਂ ਤੇ ਸ਼ੱਕ ਪਿਆ, ਜਿਸ ਕਰਕੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਇਕੱਤਰ ਕਰਕੇ ਆਪਣੇ ਨੌਜਵਾਨ ਪੁੱਤ ਦੀ ਭਾਲ ਸ਼ੁਰੂ ਕੀਤੀ। ਜਿਸ ਤੋਂ ਬਾਅਦ ਦੋਸਤਾਂ ਨੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਕਿ ਉਹ ਰਸਤੇ ਵਿੱਚ ਜਾਂਦੇ ਸਮੇਂ ਉਹਨਾਂ ਦਾ ਮੋਟਰਸਾਈਕਲ ਨਹਿਰ ਵਿੱਚ ਡਿੱਗ ਪਿਆ ਸੀ, ਜਿਸ ਵਿੱਚ ਮੋਟਰਸਾਈਕਲ ਅਤੇ ਉਹਨਾਂ ਦਾ ਨੌਜਵਾਨ ਪੁੱਤ ਸ਼ਮਸ਼ਾਦ ਮੁਹੰਮਦ ਨਹਿਰ ਵਿੱਚ ਡਿੱਗ ਕੇ ਲਾਪਤਾ ਹੋ ਗਿਆ। ਪਰਿਵਾਰਿਕ ਮੈਂਬਰਾਂ ਵੱਲੋਂ ਪੁੱਛੇ ਗਏ ਸਵਾਲਾਂ ਤੇ ਦੋਸਤ ਦੇ ਬਿਆਨ ਬਦਲਦੇ ਦਿਖਾਈ ਦਿੱਤੇ, ਜਿਸ ਕਰਕੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਦੋਸਤ ਤੇ ਹੀ ਸ਼ੱਕ ਹੋਇਆ। ਪਰਿਵਾਰਕ ਮੈਂਬਰਾਂ ਨੇ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਦੋਸਤ ਉਸਦੇ ਨੌਜਵਾਨ ਪੁੱਤ ਸ਼ਮਸ਼ਾਦ ਮੁਹੰਮਦ ਅਤੇ ਮੋਟਰਸਾਈਕਲ ਸਮੇਤ ਘਰੋਂ ਲੈ ਕੇ ਗਏ, ਉਹ ਦੋਸਤ ਵਿਨੇ ਕਈ ਵਾਰ ਵੱਡੇ ਚੋਰੀ ਲੁੱਟ ਸਮੇਤ ਕਈ ਮਾਮਲਿਆਂ ਵਿੱਚ ਆ ਚੁੱਕਿਆ ਹੈ, ਜਿਸ ਕਰਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਯਕੀਨੀ ਤੌਰ ਤੇ ਕਿਹਾ ਕਿ ਉਹਨਾਂ ਦੇ ਨੌਜਵਾਨ ਸ਼ਮਸ਼ਾਦ ਮੁਹੰਮਦ ਨੂੰ ਲਾਪਤਾ ਕਰਨ ਵਿੱਚ ਉਸਦੇ ਦੋਸਤ ਵਿਨੇ ਦਾ ਵੀ ਵੱਡਾ ਹੱਥ ਹੈ। ਪਿੰਡ ਵਾਸੀਆਂ ਨੇ ਅਤੇ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਗਾਇਬ ਹੋਏ ਨੌਜਵਾਨ ਸ਼ਮਸ਼ਾਨ ਮੁਹੰਮਦ ਤੈਰਾਕੀ ਜਾਣਦਾ ਹੈ, ਜਿਸ ਕਰਕੇ ਉਹ ਡੁੱਬ ਨਹੀਂ ਸਕਦਾ। ਉਹਨਾਂ ਨੇ ਨਹਿਰ ਦਾ ਚੱਪਾ ਚੱਪਾ ਛਾਣ ਮਾਰਿਆ ਹੈ, ਪਰ ਕੋਈ ਵੀ ਉਹਨਾਂ ਦੇ ਨੌਜਵਾਨ ਪੁੱਤ ਦਾ ਸੁਰਾਗ ਨਹੀਂ ਮਿਲਿਆ। ਉਹਨਾਂ ਨੂੰ ਸਿਰਫ ਇੱਕ ਮੋਟਰਸਾਈਕਲ, ਚੱਪਲ ਅਤੇ ਇੱਕ ਪਰਨਾ ਹੀ ਮਿਲਿਆ ਹੈ। ਮੇਰੇ ਤਿੰਨ ਮੁੰਡੇ ਸੀਗੇ, ਮੈਂ ਉਹਦੇ ਕੋਲੇ ਬੈਠੇ ਤਿੰਨ ਮੁੰਡਿਆਂ ਨੂੰ ਮੈਂ ਉਹਨੂੰ ਸੱਦ ਕੇ ਆਈ ਹਾਂ, ਸਾਧੂ ਆ ਜਾ, ਚੱਲ ਮੰਮੀ ਮੈਂ ਆਇਆ, ਮੇਰੇ ਨਾਲ ਹੀ ਆ ਗਿਆ ਉਹ। ਘਰੋਂ ਆ ਕੇ ਉਹਨੇ ਮੋਟਰਸਾਈਕਲ ਚੱਕਿਆ, ਉਹ ਕਹਿੰਦੇ ਵੀ ਸਾਨੂੰ ਛੱਡ ਕੇ ਆ। ਮੈਂ ਬਥੇਰਾ ਰੋਕਿਆ ਵੀ ਮੁੰਡ ਤੂੰ ਜਾਣਾ ਨਹੀਂ ਸਾਧੂ, ਹੁਣ ਨਹੀਂ ਪੁੱਤ ਜਾਣਾ, ਹਨੇਰਾ ਹੋ ਗਿਆ, 8:30 ਹੋਏ ਵੇ ਸੀ ਉਦੋਂ। ਉਹ ਕਹਿੰਦਾ ਬਸ ਮੰਮੀ ਮੈਂ ਗਿਆ ਤੇ ਮੈਂ 2 ਮਿੰਟਾਂ 'ਚ ਇਹਨੂੰ ਘਰੇ ਤਾਰ ਕੇ, ਹੁਣ 2 ਮਿੰਟਾਂ 'ਚ ਆ ਗਿਆ, ਮੈਂ ਆ ਕੇ ਰੋਟੀ ਖਾਣਾ, ਬਸ ਇੰਨੀ ਗੱਲ ਹੋਈ ਔਰ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਉਹਦੀ। ਸਾਰੀ ਰਾਤ ਨਿਕਲ ਗਈ, ਸਾਰੀ ਰਾਤ ਨਿਕਲ ਗਈ, ਸਾਰਾ ਦਿਨ ਨਿਕਲ ਗਿਆ, ਮੇਰਾ ਪੁੱਤ ਹਲੇ ਤੱਕ ਨੀ ਲੱਭਿਆ। ਹਾਏ ਮੇਰਾ ਪੁੱਤ ਦਾ, ਮੈਨੂੰ ਤਾਂ ਕਿੱਥੋਂ। ਮੇਰੇ ਤਾਏ ਦਾ ਮੁੰਡਾ ਜੀ, ਇਹਦਾ ਨਾਂ ਸ਼ਮਸ਼ਾਦ ਮੁਹੰਮਦ ਆ। ਇਹ ਕੱਲ੍ਹ ਨੂੰ ਰਾਤ ਘੱਟ ਤੋਂ ਘੱਟ ਤਕਰੀਬਨ ਘਰੋਂ 9 ਵਜੇ ਆਪਦੇ ਦੋਸਤਾਂ ਨਾਲ ਚਲਾ ਗਿਆ, ਪਿੰਡ ਦੀ ਆ ਮੁੰਡੇ ਹੀ, ਉਹ ਥੋੜ੍ਹੇ ਜਿਹੇ ਗਲਤ ਆਨਸਰ ਦੇ ਬੰਦੇ ਆ। ਅਤੇ ਇਹ ਰਾਤ ਨੂੰ ਤਕਰੀਬਨ ਸਾਨੂੰ 10 ਵਜੇ ਦੱਸਿਆ ਪਿੰਡ ਦੇ ਮੁੰਡਿਆਂ ਨੇ ਵੀ ਕਹਿੰਦੇ ਵੀ ਤੁਹਾਡਾ ਮੁੰਡਾ ਨਹਿਰ 'ਚ ਡਿੱਗ ਪਿਆ। ਅਤੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਨਹਿਰ ਦੇ ਵਿੱਚ ਉਹਦੇ ਇਕੱਲੀ ਬਾਈਕ ਸੀਗੀ ਉਹਦੀ। ਜਦੋਂ ਅਸੀਂ ਉੱਥੇ ਹੋਰ ਪਾਣੀ ਦੇ ਵਿੱਚ ਅਸੀਂ ਆਪ ਜਾ ਕੇ ਇਸ ਪਿੰਡ ਦੇ ਲੋਕਾਂ ਨੇ ਉਹਨੂੰ ਜਾ ਕੇ ਉੱਥੇ ਦੇਖਿਆ ਪਿੰਡ ਦੇ ਨਹਿਰ ਦੇ ਵਿੱਚੋਂ, ਤਾਂ ਉੱਥੋਂ ਇੱਕ ਉਹਦਾ ਪਰਨਾ ਅਤੇ ਉੱਥੋਂ ਇਹ ਨਹਿਰ ਦੇ ਵਿੱਚ ਬੀਲਿਓਂ ਗਹਿਲਾਂ ਨੂੰ ਜਾਂਦੇ ਸੀ, ਅਤੇ ਬੀਲਿਓਂ ਗਹਿਲਾਂ ਨੂੰ ਜਾਂਦੇ ਗਿਰੇ ਸੀ, ਪਰ ਉਹਦੀ ਚੱਪਲ ਗਹਿਲਾਂ ਵੱਲ 10 ਕਰਮਾਂ ਗਾਹਾਂ ਮਿਲੀ ਇੱਕ, ਅਤੇ ਉਹਦਾ ਪਰਨਾ ਉਹਦੇ ਬਾਈਕ ਦੇ ਕੋਲੋਂ ਮਿਲਿਆ। ਇਹ ਪਰੂਫ ਇਹ ਗਹਿਲਾਂ ਵਾਲੇ ਰਾਹ 'ਤੇ ਆਈ, ਇਹ ਸਿਵਿਆਂ ਦੇ ਸਾਹਮਣੇ ਪਟੜੀ ਆਈ ਬੀਲੇ ਤੋਂ ਗਹਿਲਾਂ ਵਾਲੀ, ਉਹਦੇ 'ਤੇ ਪਿੰਡ ਦੇ ਨਾਲ ਹੀ ਆ ਜੀ, ਥੋੜ੍ਹਾ ਜਿਹਾ ਪਿੰਡ ਤੋਂ ਹਟ ਕੇ ਬਸ। ਇੱਕ ਬਿਨੇ ਆ ਅਤੇ ਇੱਕ ਹੋਰ ਮੁੰਡਾ ਜੀ, ਉਹਨੂੰ ਨਹੀਂ ਮੈਂ ਜਾਣਦਾ।
ਤਲਾਸ ਪੂਰੇ ਪਿੰਡ ਨੇ ਰਾਤ ਨੂੰ ਕੱਲ੍ਹ ਰਾਤ 10 ਵਜੇ ਤੋਂ ਲੈ ਕੇ ਅੱਜ ਸਵੇਰੇ ਹੁਣ ਤੱਕ ਕਰੀ ਜਾ ਰਹੇ। ਪੁਲਿਸ ਵੱਲੋਂ ਖਾਲੀ ਰਿਪੋਰਟ ਲਿਖੀ ਗਈ ਆ, ਹਾਲੇ ਤੱਕ ਕਾਰਵਾਈ ਕਹਿੰਦੇ ਕਰੀ ਜਾਂਦੇ ਹਾਂ, ਪਰ ਸਾਨੂੰ ਹਾਲੇ ਤੱਕ ਕੋਈ ਉਹ ਤੋਂ ਅਹਿਸਾਸ ਨਹੀਂ ਮਿਲਿਆ। ਪੁਲਿਸ ਵਾਲੇ ਜਾ ਕੇ ਜੀ ਇਹ ਕਹਿੰਦਾ ਨੇ ਸਾਡੇ ਨਾਲ ਇੱਥੇ ਥਾਣੇ ਆ ਗਏ, ਲੈ ਆਉਂਦਾ ਉਹਨੂੰ ਇੱਥੇ ਮੋਟਰਸਾਈਕਲ ਵੀ ਉਹਦਾ ਕਢਾ ਲਿਆ ਵਿੱਚੋਂ, ਪਰ ਇਹਨਾਂ ਨੇ ਸਾਨੂੰ ਹਜੇ ਤਾਂ ਕੋਈ ਸਾਨੂੰ ਪਤਾ ਨਹੀਂ ਦਿੱਤਾ। ਅਸੀਂ ਕੱਲ੍ਹ ਦੇ ਭਾਲਦੇ ਫਿਰਦੇ ਹਾਂ, ਕੱਲ੍ਹ ਦੇ ਨਹਿਰ 'ਚ ਹੀ ਬੜੇ ਪਿਆ ਬੰਦੇ ਸਾਰੇ ਪਿੰਡ ਦੇ, ਕੋਈ ਉਹਨਾਂ ਦਾ ਹਜੇ ਸਬੂਤ ਨਹੀਂ ਮਿਲਿਆ ਜੀ। ਹੁਣ ਤਾਂ ਰਾਤ ਹੀ ਛੱਡਤਾ ਸੀ, ਬੜਾ ਸ਼ੱਕੀ ਲੱਗਦਾ ਜੀ। ਇਹ ਜਿਹੜਾ ਬੰਦਾ ਲੈ ਕੇ ਗਿਆ ਇਹਦੇ 'ਤੇ ਅੱਗੇ ਵੀ ਹੋਏ ਵਿਆ ਪਰਚੇ ਜੀ, ਪਰ ਸਾਨੂੰ ਪੂਰੀ ਸ਼ੱਕ ਆ ਜੀ ਇਹਦੇ 'ਤੇ, ਇਹ ਬੰਦੇ 'ਤੇ। ਹਰ ਇੱਕ ਕੰਮ ਦੇ ਵਿੱਚ ਇਹ ਜਿਹੜਾ ਗਲਤ ਕੰਮ ਹੁੰਦਾ ਪਿੰਡ 'ਚ ਮੂਹਰੇ ਹੁੰਦਾ ਜੀ, ਡਕੈਤੀਆਂ 'ਚ ਵੀ ਆ ਜੀ, ਸਾਰੇ ਕੰਮਾਂ 'ਚ ਆ ਜੀ ਇਹ। ਧਰਨੇ ਲਾਵਾਂਗੇ ਜੀ, ਧਰਨੇ ਲਾਵਾਂਗੇ, ਬੈਠਾਂਗੇ, ਸਾਰਾ ਪਿੰਡ ਸਾਡੇ ਨਾਲ ਹੈ ਜੀ। ਠੀਕ ਹੈ ਜੀ। ਇੱਦਾਂ ਜੋ ਲੜਕੇ ਦਾ ਮਤਲਬ ਕੇਸ ਬਣਿਆ ਜੀ, ਇਹ ਉਹ ਮੇਰੇ ਧੀਜਾ ਥਾਂ ਲੱਗਦਾ ਜੀ, ਇੱਦਾਂ ਜੋ ਲੜਕਾ ਉਹਨੂੰ ਨਾਲ ਲੈ ਕੇ ਗਏ, ਉਹ ਵੀ ਮਤਲਬ ਤਕਰੀਬਨ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਆ ਚੁੱਕਿਆ ਗਾ, ਕਈ ਦੁਕਾਨਾਂ ਲੁੱਟੀਆਂ ਨੇ ਜੀ। ਅਤੇ ਉਸ ਤੋਂ ਬਾਅਦ ਮਤਲਬ ਸਾਨੂੰ ਸਾਰੇ ਪਿੰਡ ਨੂੰ ਇਸ ਬੰਦੇ 'ਤੇ ਡਾਊਟ ਆ ਗਿਆ ਵੀ ਇਹ ਬੰਦਾ ਮਤਲਬ ਡਿਫਾਲਟਰ ਕਿਸਮ ਦਾ ਬੰਦਾ ਗਾ ਜੀ ਇੱਦਾਂ, ਪਰ ਸਾਨੂੰ ਪ੍ਰੋਪਰ ਵੱਲੋਂ ਪ੍ਰੋਪਰ ਇਨਸਾਫ ਚਾਹੀਦਾ ਗਾ ਜੀ। ਅਸੀਂ ਪ੍ਰਸ਼ਾਸਨ ਵੱਲੋਂ ਵੀ ਇਹ ਮੰਗ ਕਰਦੇ ਹਾਂ ਕਿ ਸਾਨੂੰ ਪੂਰਾ ਪੂਰਾ ਇਨਸਾਫ ਮਿਲੇ, ਅਤੇ ਅਸੀਂ ਜੋ ਹੈਗਾ ਉਸ ਬੱਚੇ 'ਤੇ ਜੋ ਵੀ ਬਣਦੀ ਕਾਰਵਾਈ ਅਸੀਂ ਚਾਹੁੰਦੇ ਹਾਂ ਵੀ ਉਸ ਲੜਕੇ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਤਾਂ ਬੱਚਾ ਗਈ ਸਾਨੂੰ, ਅਸੀਂ ਮਤਲਬ ਜਲਦੀ ਤੋਂ ਜਲਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਉਸ ਦਾ ਪਤਾ ਲੱਗੀ, ਅਤੇ ਬਾਕੀ ਜੋ ਪਿੰਡ ਵਾਲੇ ਮਤਲਬ ਇਨਸਾਫ ਚਾਹੁੰਦੇ ਆ ਸਾਨੂੰ ਪ੍ਰੋਪਰ ਉਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ। ਦੂਜੇ ਪਾਸੇ DSP ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਨਹਿਰੀ ਵਿਭਾਗ ਨੂੰ ਨਹਿਰ ਵਿੱਚ ਚੱਲ ਰਹੇ ਪਾਣੀ ਦੇ ਲੈਵਲ ਨੂੰ ਵੀ ਘਟਾਉਣ ਬਾਰੇ ਕਹਿ ਦਿੱਤਾ ਹੈ। ਜਲਦੀ ਹੀ ਗੋਤਾਖੋਰ ਟੀਮ ਬੁਲਾ ਕੇ ਲਾਪਤਾ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਤੱਥ ਸਾਹਮਣੇ ਆਉਣਗੇ ਜਲਦ ਹੀ ਉਹਨਾਂ ਤੱਥਾਂ 'ਤੇ ਕਾਰਵਾਈ ਕੀਤੀ ਜਾਵੇਗੀ। ਸ਼ਮਸ਼ਾਨ ਮੁਹੰਮਦ ਉਰਫ ਸਾਨੂੰ ਖਾਨ, ਜਿਸ ਦੀ ਉਮਰ ਕਰੀਬ 27 ਸਾਲ ਹੈ, ਕੱਲ੍ਹ ਆਪਦੇ ਬੀਲਾ ਪਿੰਡ ਤੋਂ ਗੈਲਾਂ ਨੂੰ ਜਾ ਰਿਹਾ ਸੀਗਾ, ਅਤੇ ਉਹਦੇ ਚਾਚੇ ਨੇ ਸਾਡੇ ਕੋਲ ਬਿਆਨ ਦਰਜ ਕਰਾਇਆ, ਅਤੇ ਅਸੀਂ ਜਿਹੜੀ ਤਫਤੀਸ਼ ਜਿਹੜੀ ਡੂੰਘਾਈ ਨਾਲ ਕਰ ਰਹੇ ਹਾਂ ਸਾਰੇ ਤੱਥਾਂ ਤੋਂ, ਗੋਤਾਖੋਰ ਵਗੈਰਾ ਬੁਲਾ ਕੇ ਵੀ ਚੰਗੀ ਤਰ੍ਹਾਂ ਹੋਰ ਤੱਥਾਂ ਤੋਂ ਵੀ ਅਸੀਂ ਤਫਤੀਸ਼ ਕਰ ਰਹੇ ਹਾਂ, ਜਿਹੜੇ ਸਾਡੇ ਤੱਥ ਕਾਨੂੰਨ ਦੇ ਮੁਤਾਬਕ ਸਾਹਮਣੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ। C1 ਨਿਊਜ਼ ਲਈ ਬਰਨਾਲਾ ਤੋਂ ਧਰਮਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ।